ਅਸਲਾਮ ਅਲੈਕੁਮ ਨਾਜ਼ਰੀਨ, ਖਿੱਤਾ ਪਠਵਾਰ ਜਿੱਥੇ ਪਹਾੜ ਪਹਾੜੀਆਂ ਢੇਰੀਆਂ ਖੂਬਸੂਰਤ ਇਲਾਕਾ, ਜਿੱਥੇ ਇਸ ਇਲਾਕੇ ਦੀ ਸ਼ਾਨ ਔਰ ਆਨ ਜਿਤਨਾ ਖਿੱਤਾ ਪਠਵਾਰ ਹੈ, ਪਾਕਿਸਤਾਨ ਸਾਰਾ ਵੈਸੇ ਹੀ ਖੂਬਸੂਰਤ, ਲੇਕਿਨ ਖਿੱਤਾ ਪਠਵਾਰ ਔਰ ਕਸ਼ਮੀਰ ਨੇ ਕਿਹਾ ਬਾਤ ਹੈ ਜੀ। ਅਤੇ ਨਾਲ ਹੋਣਾ ਸ਼ੌਕ ਜੀ, ਸ਼ੌਕ ਬਹੁਤ ਸਾਰੇ ਇੱਥੇ ਲੋਕਾਂ ਰੱਖੇ ਜੀ, ਲੇਕਿਨ ਰਾਜਾ ਜਾਨੀ ਹਨ, ਟਕਾਲ ਨਾਲ ਇਹਨਾਂ ਦਾ ਤਾਲਕ ਹੈ ਜੀ। ਮਾਸ਼ਾਅੱਲਾ, ਬੜਾ ਜ਼ਬਰਦਸਤ ਕਿਸਮ ਨਾਲ ਇਹਨਾਂ ਸ਼ੌਕ ਪਾ ਲਿਆ ਕਿ ਗੱਡੀ ਅਤੇ ਗੱਡੀ ਉਹ ਵੀ ਜਿਸ ਨੇ ਕਿਹਾ ਬਾਤ ਹੈ ਜੀ। ਅਤੇ ਆਇਓ ਟਕਾਲੇ ਲਿਓ। ਰਾਜਾ ਜਾਨੀ ਸਾਹਿਬ ਜਨਾਬ, ਗੱਡੀ ਨਾ ਆਪਣੇ ਸ਼ੌਕ ਨਾਲ ਬਣਾਈ ਹੈ ਔਰ ਬੜਾ ਇਸਨੇ ਬੁਰੇ ਨਾਲ ਖਰਚਾ ਕੀਤਾ ਹੈ, ਅਤੇ ਗੱਡੀ ਤੱਕਣੇ ਵਾਲੀ ਜੀ ਖਲੀ, ਅਤੇ ਕੋਈ ਐਸੀ ਚੀਜ਼ ਜਾਂ ਐਸੀ ਡੈਕੋਰੇਸ਼ਨ ਨਹੀਂ ਹੈ ਜਿਹੜੀ ਰਾਜਾ ਜਾਨੀ ਹੋਰਾਂ ਇਸਨੇ ਉੱਪਰ ਨਾ ਲਾਈ ਹੈ ਜੀ। ਅਤੇ ਇਸਾ ਮਾਰੋ ਆਖਣੇ ਹੋਣੇ ਜੀ ਕਿ ਸ਼ੌਕ ਜਿਹੜਾ ਹੋਣਾ ਉਸ ਨਾਲ ਮੁੱਲ ਕੋਈ ਨਹੀਂ ਹੋਣਾ, ਜਿਤਨਾ ਮਰਜ਼ੀ ਹੈ ਸ਼ੌਕ ਹੈ, ਜਿਤਨਾ ਮਰਜ਼ੀ ਹੈ ਉਸਨੇ ਉੱਪਰ ਜ਼ਰੇ ਮੁਬਾਦਲਾ ਲਈ ਜਾਏ ਤਾਂ ਬੰਦੇ ਦੀ ਪਰਵਾਹ ਨਹੀਂ ਹੋਣੀ, ਕਿਉਂਕਿ ਇਹ ਸ਼ੌਕ ਹੀ ਐਸਾ ਹੋਣਾ ਹੈ ਜੀ। ਅਤੇ ਸੋਹਣੀ ਗੱਡੀ ਵੀ ਹੈ ਜੀ, ਅਤੇ ਇਸਨੀ ਜਿਹੜੀ ਡੈਕੋਰੇਸ਼ਨ ਇਹਨਾਂ ਕਰਾਈ ਹੈ ਉਸ ਨਾਲ ਤਾਂ ਮੁੱਲ ਹੀ ਕੋਈ ਨਹੀਂ ਜੀ, ਔਰ ਕਿਆ ਬਾਤ ਹੈ ਜੀ। ਸ਼ੌਕ ਇਹ ਹੋਣਾ ਹੈ ਨਾ ਜੀ ਕਿ ਕਾਲੀ ਸ਼ਾਹ ਰਾਤ ਵੈ, ਹਨੇਰਾ ਵੈ ਸਖ਼ਤ, ਅਤੇ ਇੱਕ ਜਿਹੜੀ ਮੋਮਬੱਤੀ ਹੋਣੀ ਅਗਰ ਉਹ ਬੁੱਝੇ ਨਾ ਤਾਂ ਕਦੇ ਵੀ ਅੰਧੇਰਾ ਨਹੀਂ ਹੋ। ਐਸੇ ਲੋਕ ਮਿਲਨਸਾਰ ਵੀ ਹੋਣੇ, ਐਸੇ ਲੋਕਾਂ ਦਾ ਸ਼ੁਮਾਰ ਖੁਸ਼ ਦਿਲ ਖੁਸ਼ ਤਬਾਹ ਔਰ ਬਿਹਤਰੀਨ ਲੋਕਾਂ ਵਿੱਚ ਹੋਣਾ। ਇਹ ਜੇ ਲੋਕ ਇਲਾਕੇ ਵਾਸਤੇ ਬੜੀਆਂ ਬਿਹਤਰੀਆਂ ਆਉਂਦੇ ਨੇ ਔਰ ਇਹ ਜੇ ਇਲਾਕੇ ਜਿਹੜੇ ਹਜ਼ਰਾਤ ਹੋਣੇ ਉਹਨਾਂ ਕੀ ਮਿਲਣੇ ਨਾ ਵੀ ਦਿਲ ਕਰਨਾ ਹੈ। ਅਤੇ ਰਾਜਾ ਜਾਨੀ ਸਾਹਿਬ ਜੀ ਪੂਰੀ ਗੱਡੀ ਪਰ ਇਹ ਹੀ ਲਿਖਿਆ ਜੀ ਕਿ ਰਾਜਾ ਜਾਨੀ, ਅਤੇ ਘੋੜੇ ਵੀ ਹੈ ਜੀ ਇਸਨੇ ਪਰ ਲਗੇ, ਸ਼ੇਰ ਵੀ ਲਗੇ ਨੇ ਔਰ ਸਬਜ਼ ਅਲਾਲੀ ਪਰਚਮ ਵੀ ਇਹਨਾਂ ਲਾਇਆ ਹੈ ਜੀ, ਪਾਕਿਸਤਾਨ ਜ਼ਿੰਦਾਬਾਦ ਵਾਲਾ। ਔਰ ਕਿਆ ਬਾਤ ਹੈ, ਇਹ ਜੇ ਦੋਸਤ ਅਹਿਬਾਬ ਇਹਨਾਂ ਕਾਫੀ ਸਾਰੇ ਦੋਸਤ ਅਹਿਬਾਬ ਇਹਨਾਂ ਨਾਲ ਬਹਿਣੇ ਬੜੀ ਖੁਸ਼ ਦਿਲੀ ਨਾਲ ਉਸਨੇ ਨਾਲ ਬਾਲੇ ਵੀ ਹੋਣੇ ਜੀ। ਅਤੇ ਬਹੁਤ ਸਾਰਾ ਸ਼ੁਕਰੀਆ ਜੀ ਅਹਿਮਦ ਰਾਜਾ ਸਾਹਿਬ ਰਾਣਾ, ਅਤੇ ਉਹਨਾਂ ਦੋਸਤਾਂ ਨਾਲ ਜਿਹੜੇ ਇਲਾਕੇ ਵਾਸਤੇ ਬਿਹਤਰੀਆਂ ਕਰਨੀਆਂ ਜੀ, ਅਤੇ ਬਿਹਤਰੀਆਂ ਤਾਂ ਹੀ ਅੱਛੀ ਸਕਣੀਆਂ ਜੇ ਲੈ ਇਹ ਜੇ ਸ਼ੌਕ ਹੋਣ, ਅਤੇ ਸ਼ੌਕ ਵੀ ਐਸੇ ਹੋਣੇ ਜਿਹੜੇ ਅਨਮੋਲ ਹੋਣੇ ਜੀ। ਅਤੇ ਇਹ ਜੇ ਦੋਸਤ ਕਿ ਮਿਲਣੇ ਨਾ ਵੀ ਦਿਲ ਕਰਨਾ, ਇਹਨਾਂ ਕੋਲ ਬਹਿਣੇ ਨਾ ਵੀ ਦਿਲ ਕਰਨਾ, ਅਤੇ ਇਹਨਾਂ ਨਾਲ ਗੱਪ ਛੱਪਣਾ ਵੀ ਬਹੁਤ ਸਾਰਾ ਦਿਲ ਕਰਨਾ ਜੀ, ਕਿਉਂਕਿ ਇਹ ਜੇ ਦੋਸਤ ਹੋਏ ਬਾਪ ਮਿਲਣਾ ਬੜਾ ਮੁਸ਼ਕਲ ਹੋਣਾ। ਅਤੇ ਟਕਾਲ ਨਾਲ ਇਹਨਾਂ ਨਾਲ ਤਲਕ ਹੈ, ਯੂਨੀਅਨ ਕੌਂਸਲ ਚੁਆ ਖਾਲਸਾ, ਤਹਿਸੀਲ ਕੱਲਰ ਸਿੰਘ ਦਾ। ਮਾਸ਼ਾਅੱਲਾ ਜੀ, ਕਾਫੀ ਅਸਾਂ ਫਿਰਨੇ ਟੁਰਨੇ ਵੀ ਰਹਿਣੇ ਹਾਂ, ਸਪਰੇ ਇਲਾਕੇ 'ਚ ਵੀ ਜਾਣੇ ਹਾਂ ਅਸਾਂ, ਜਿਸ ਤਰ੍ਹਾਂ ਸਵਾਤ ਹੈ, ਗਲਗੀਤ ਚਤਰਾਲ ਹੈ, ਸਕਰਦੂ ਹੈ, ਜਾਂ ਜਿਤਨੇ ਵੀ ਸਾਡੇ ਇਲਾਕੇ ਅਸਾਂ ਤੁਹਾਨੂੰ ਵੀ ਦੱਸਣੇ ਵੀ ਰਹਿਣੇ ਹਾਂ, ਜਿਸ ਤਰ੍ਹਾਂ ਜੰਮੂ ਕਸ਼ਮੀਰ ਹੈ, ਬੁੱਢਾ ਇਲਾਕਾ ਜਿਤਨਾ ਵੀ ਹੈ ਜਨੂਬੀ ਪੰਜਾਬ ਵਾਲਾ, ਅਸਾਂ ਉੱਧਰ ਵੀ ਜਾਣੇ ਰਹਿਣੇ ਹਾਂ। ਇਹਦੇ ਉੱਪਰ ਜ਼ਿਆਦਾ ਜੀਪਾਂ ਹੈ, ਲੇਕਿਨ ਇਸ ਜੀਪਾਂ ਹੀ ਤੱਕੀ ਤੋਂ ਜੀਪਾਂ ਬੰਦਾ ਭੁੱਲ ਹੀ ਜਾਣਾ ਕਿ ਸ਼ੌਕ ਨਹੀਂ ਕਿਆ ਬਾਤ ਹੈ। ਇਹ ਜਿਸ ਤਰ੍ਹਾਂ ਤੁਸੀਂ ਜਾਣੇ ਹੋ ਇਸਨੇ ਵਿੱਚ ਨਾਰਾਨ ਕਾਗਾਨ ਜਾਣੇ ਹੋ ਗਿਆ ਜੀ ਸੈਫਲ ਮਲੂਕ ਹੈ ਜੀ, ਅਤੇ ਜਨਾਬ ਤੱਕ ਉਹਨਾਂ ਖਾਲੀ ਰੀਮਾਂ ਨਾਲ ਹੀ ਮੁੱਲ ਕੋਲ ਵੱਲੇ
ਕਮਾਲ ਦੀਆਂ ਸ਼ਖਸੀਅਤ ਹੀ ਹਨ ਜੀ। ਅਤੇ ਰਾਜਾ ਜਾਨੀ ਹੋਰ ਵੀ ਅਸਾਂ ਮੁਬਾਰਕ ਵੀ ਦੇਣੇ ਜੀ ਕਿ ਉਹਨਾਂ ਨੇ ਸ਼ੌਕ ਨੂੰ ਉਹਨਾਂ ਇਹ ਅਜੇ ਸ਼ੌਕ ਪਾ ਲਏ ਅਤੇ ਇਹ ਬੜੇ ਚੰਗੇ ਸ਼ੌਕ ਹੋਣੇ ਹਨ। ਅਤੇ ਪਟਵਾਰੀਆਂ ਨੇ ਸ਼ੌਕ ਵੀ ਤਾਂ ਬੜੇ ਬੜੇ ਉਹ ਪਹਿਲੇ ਵਾਲੇ ਹੁਣ ਸ਼ੌਕ ਕੋਈ ਨਹੀਂ ਹੈ, ਹੁਣ ਸ਼ੌਕ ਜਿਹੜੇ ਵੀ ਨਵੇਂ ਨਵੇਂ ਜਦੋਂ ਤੋਂ ਸੋਸ਼ਲ ਮੀਡੀਆ ਜਾਂ ਇਸ ਤਰ੍ਹਾਂ ਨਾਲ ਆਇਆ ਨਾ ਜੀ, ਅਤੇ ਸ਼ੌਕ ਜਿਹੜੇ ਵੀ ਉਹ ਬੰਦੇ ਨੇ ਹੋਰ ਜ਼ਿਆਦਾ ਹੋਏਗੀ। ਰੋਜ਼ਾਨਾ ਦੀ ਬੁਨਿਆਦ ਉੱਪਰ ਦੁਨੀਆ ਬਿਲਕੁਲ ਹੈ ਗੋਲ ਹੋਏਗੀ। ਅਤੇ ਅਮੈਰੀਕਾ ਦੀ ਖਬਰ ਸੈਕਿੰਡਾਂ ਵਿੱਚ ਸਾਡੇ ਕੋਲ ਪਹੁੰਚੀ, ਸਾਰੀ ਖਬਰ ਫਟੋ ਫਟ ਰੂਸ ਵਿੱਚ ਪਹੁੰਚੀ ਜੀ ਅਸੀਂ, ਅਤੇ ਇਹ ਬੜੀਆਂ ਜ਼ਬਰਦਸਤ ਕਿਆ ਬਾਤ ਹੈ ਜੀ। ਅਤੇ ਮਿਲੇ ਮਿਲਾਣੇ ਰਿਹਾ ਕਰੋ ਇਹੋ ਜਿਹੀਆਂ ਦੋਸਤਾਂ ਨਾਲ, ਅਤੇ ਫਿਰ ਤੁਸੀਂ ਖਿਦਮਤ ਵਿੱਚ ਇਨਸ਼ਾਅੱਲਾ ਹਾਜ਼ਰ ਹੋ ਸਕਦੇ।